मोगा में लूटपाट और चोरी की घटना थमने का नाम नहीं ले रही है। हर रोज कहीं ना कहीं चोरी या लूटपाट की घटना हो रही है। वहीं ताजा मामला मोगा की पॉश कॉलोनी ग्रीनफील्ड का है, जहां पर चोर ने एक घर को निशाना बनाया और लाखों रुपए का माल लेकर फरार हो गए। वहीं सीसीटीवी कैमरे में एक व्यक्ति पीली टी शर्ट पहने हुए दिखाई दे रहा है। पुलिस ने मामले की जाँच शुरू कर दी है। ਪਿੰਡ ਰਹਿਣੀ ਹੈ ਤੇ ਰਹਿਣ ਲਈ ਇੱਥੇ ਰੈਂਟ ਤੇ ਰਹਿੰਦੇ ਪਏ ਹਾਂ। 5 ਸਾਲ ਹੋ ਗਏ ਮਕਾਨ 'ਚ ਰਹਿ ਰਹੇ। ਇਹ ਕੱਲ ਦੀ ਘਟਨਾ ਜੀ, 3 ਤੋਂ 4 ਦੇ ਵਿੱਚ ਵਿੱਚ ਸੀ। ਤੁਸੀਂ ਉਸ ਟਾਈਮ ਕਿੱਥੇ ਸੀ? ਮੈਂ ਮੰਮਾ ਘਰ ਸੀ, ਮੇਰਾ ਕੰਮ ਸਿਲਾਈ ਦਾ। ਤੇ ਕੀ ਚੋਰੀ ਹੋਇਆ, ਕਿਵੇਂ ਪਤਾ ਲੱਗਿਆ ਕਿਵੇਂ ਚੋਰੀ ਲੱਗੇ? ਕਾਫੀ ਨੁਕਸਾਨ ਗੋਲਡ ਦਾ ਹੀ ਕੀਤਾ ਜੀ, ਹੋਰ ਕੁਛ ਨਹੀਂ ਲੈ ਕੇ ਗਏ, ਸਿਰਫ ਗੋਲਡ ਪਿਆ ਸੀਗਾ। ਗੋਲਡ ਕਿੰਨਾ ਸੀਗਾ? ਗੋਲਡ ਹੋਊਗਾ ਜੀ 5-6 ਲੱਖ ਦਾ ਗੋਲਡ ਸਾਡਾ ਚਲਾ ਗਿਆ। ਕਿੰਨਾ ਸੀਗਾ ਸਾਡਾ? ਕੋਈ ਕਿਸੇ ਤੇ ਸ਼ੱਕ ਨਹੀਂ। ਪੁਲਿਸ ਬਸ ਦੇਖ ਕੇ ਚਲੀ ਗਈ ਆ, ਉਹ ਵੀ ਦੁਬਾਰਾ ਕਹਿਣ ਤੇ ਆਈ ਸੀ। ਸਾਡੇ ਜੀ ਇੱਕ ਦੇ 3 ਤੋਂ 4 ਦੇ ਵਿੱਚ ਚੋਰੀ ਹੋਈ ਆ ਜੀ। ਤੁਸੀਂ ਕਿੱਥੇ ਸੀ ਉਸ ਟਾਈਮ? ਮੈਂ ਸਰ ਉਸ ਟਾਈਮ ਡਿਊਟੀ 'ਤੇ ਸੀਗਾ ਜੀ। ਘਰੇ ਕੌਣ ਸੀਗਾ? ਘਰੇ ਵੀ ਕੋਈ ਨਹੀਂ ਸੀਗਾ, ਉਹ ਮੇਰੇ ਘਰ ਵਾਲੇ ਵੀ ਕਿਤੇ ਸਿਲਾਈ ਦਾ ਕੰਮ ਕਰਦੀ ਆ ਜੀ। ਕੀ ਕੀ ਲੈ ਕੇ ਗਏ? ਸਾਡਾ ਜੀ ਕਿਤੇ 2 ਕੜੇ ਲੈ ਗਏ ਚੱਕ ਕੇ, ਅਤੇ 2 ਕੰਨਾਂ ਦੀਆਂ ਡਰਾਂ ਲੈ ਗਏ ਚੱਕ ਕੇ, ਤੇ ਨਾਲੇ ਕਿਤੇ 2 ਸੱਟ ਲੈ ਗਏ ਚੱਕ ਕੇ, ਤੇ 3 ਰਿਪੋਰਟ ਕੀਤੀ ਹੈ। ਹਾਂਜੀ ਕੀਤੀ ਹੈ ਜੀ। ਕਾਰਵਾਈ ਕੀਤੀ? ਕੱਲ੍ਹ ਤਾਂ ਉਹਨਾਂ ਨੇ ਕੁਛ ਨਹੀਂ ਕੀਤਾ ਜੀ, ਅੱਜ ਵੀ ਕਿ ਅਸੀਂ ਦੁਬਾਰਾ ਗਏ ਤਾਂ ਫੇਰ ਹੀ, ਕਿਉਂਕਿ ਉਹਨਾਂ ਫੇਰ ਹੀ ਇੱਕ ਵਾਰ ਆਏ ਆ ਜੀ ਉਹ।